ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਜਲੰਧਰ ਦੇ ਕਸਬਾ ਕਰਤਾਰਪੁਰ 'ਚ ਦੁਪਹਿਰ 12 ਵਜੇ ਦੇ ਕਰੀਬ ਗੰਗਸਰ ਬਾਜ਼ਾਰ ਮਾਤਾ ਸ਼ੀਤਲਾ ਮੰਦਰ ਦੇ ਨਜ਼ਦੀਕ ਹਨੀ ਜਵੈਲਰ ਦੀ ਦੁਕਾਨ ਤੋਂ ਦੋ ਲੁਟੇਰਿਆਂ ਵੱਲੋਂ ਪਿਸਤੌਲ ਦੀ ਨੋਕ 'ਤੇ ਲੱਖਾਂ ਰੁਪਏ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ। ਜਾਣਕਾਰੀ ਦਿੰਦਿਆਂ ਦੁਕਾਨ ਮਾਲਕ ਹਨੀ ਵਰਮਾ ਨੇ ਦੱਸਿਆ ਕਿ ਦੋ ਲੁਟੇਰੇ ਜਿਨ੍ਹਾਂ ਦੇ ਹੱਥਾਂ 'ਚ ਪਿਸਤੌਲਾਂ ਸਨ ਉਹਨਾਂ ਆਉਂਦਿਆਂ ਹੀ ਮੈਨੂੰ ਸਭ ਕੁਝ ਉਹਨਾਂ ਦੇ ਹਵਾਲੇ ਕਰਨ ਲਈ ਕਿਹਾ। ਜੀ 12:27 ਤੇ ਆਏ ਦੋ ਮੁੰਡੇ ਸਰਦਾਰ ਤੇ ਸਭ ਕੁਝ ਕਹਿੰਦੇ ਕੱਢਦੇ ਤੇ ਮੈਂ ਨਾਲ ਹੀ ਫੜ ਲਏ ਉਹਨਾਂ ਨੂੰ। ਕਿੰਨੇ ਜਾਣੇ ਸੀਗੇ? ਦੋ ਜਾਣੇ ਸੀ। ਅੱਛਾ, ਕੀ ਉਹਨਾਂ ਕੋਲ ਹਥਿਆਰ ਸੀ? ਕੋਈ ਹਥਿਆਰ ਸੀ ਉਹਨਾਂ? ਅੱਛਾ ਅੱਛਾ, ਫਿਰ ਤੁਸੀਂ ਕੀ ਕੀਤਾ? ਤੇ ਮੈਂ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ, ਆਪਣਾ ਬਚਾਅ ਕੀਤਾ, ਲੈ ਗਏ ਸਭ ਕੁਝ। ਕੋਈ ਨੁਕਸਾਨ ਕਿੰਨਾ ਕੁ ਹੋਇਆ? ਕੀ ਲੱਗਿਆ ਤੁਹਾਨੂੰ? ਇੱਕ ਚੈਨ ਲੈ ਗਏ, ਇੱਕ ਬ੍ਰੈਸਲੈਟ ਲੈ ਗਏ ਤੇ ਇੱਕ ਕੜਾ ਲੈ ਗਏ। ਕਿੰਨਾ ਕੁ ਨੁਕਸਾਨ ਹੈਗਾ? ਹੈਗਾ ਮੇਰਾ 6-6 ਲੱਖ। ਅੱਛਾ ਅੱਛਾ, ਤੁਸੀਂ ਪੁਲਿਸ ਨੂੰ ਕਰਤਾ ਸੂਚਿਤ? ਹਾਂਜੀ ਹਾਂਜੀ ਕੀਤਾ। ਠੀਕ ਹੈ, ਤੇ ਕੋਈ ਪਛਾਣ ਹੋ ਗਈ ਹੈ ਤੁਹਾਨੂੰ? ਹਾਂਜੀ ਹਾਂਜੀ ਸਰ, ਕਿਸੇ ਨੂੰ ਪਛਾਣਦੇ ਆ? ਹਾਂਜੀ ਹਾਂਜੀ। ਅੱਛਾ ਅੱਛਾ। ਮੌਕੇ ਤੇ ਪੁੱਜੇ ਡੀਐਸਪੀ ਪਰਮਿੰਦਰ ਸਿੰਘ, ਐਸਐਚਓ ਸਿਕੰਦਰ ਸਿੰਘ ਤੁਰੰਤ ਪੁੱਜੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਂਜੀ, ਇੱਥੇ ਇੱਕ ਇਨਫੋਰਮੇਸ਼ਨ ਮਿਲੀ ਜੀ ਇਹਨਾਂ ਮੋੜੇ ਆਈ ਇਹਨਾਂ ਦੁਕਾਨ ਦੇ ਉੱਤੇ ਖੋਹ ਹੋਈ ਸੀ। ਦੋ ਜਣਿਆਂ ਨੇ ਆਣ ਕੇ ਅਸਲੇ ਦੀ ਨੋਕ ਦੇ ਉੱਤੇ ਖੋਹ ਕੀਤੀ ਹੈ ਤੇ ਉਹਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਲਦੀ ਕਿਸੇ ਨਤੀਜੇ 'ਤੇ ਪਹੁੰਚਾਂਗੇ। ਇਹਦੀਆਂ ਇੱਕ ਤਾਂ ਇਹਦੀ ਗੋਲਡ ਚੇਨ ਪਾਈ ਸੀ ਉਹ, ਅਤੇ ਇੱਕ ਕੜਾ ਸੀ ਹੱਥ ਉਹਦੇ ਬ੍ਰੈਸਲੈਟ, ਤਿੰਨ ਚੀਜ਼ਾਂ ਇਹਦੀਆਂ ਆਪਣੇ ਕੋਲ ਲਵਾ ਕੇ ਲੈ ਗਏ। ਹੁਣ ਸ਼ੌਪ 'ਚੋਂ ਨਹੀਂ ਕੁਛ ਵਿੱਚ ਦੱਸਿਆ ਨਹੀਂ, ਉਹ ਸਟੇਟਮੈਂਟ ਰਿਕਾਰਡ ਕਰਦੇ ਆ ਫਿਰ ਪਤਾ ਲੱਗਦਾ। ਹਾਂ, ਸੀਸੀਟੀਵੀ ਫੁਟੇਜ ਆਈ ਹੈ ਸਾਹਮਣੇ, ਦੇਖਣ ਡਏ ਹਾਂ ਉਹਨੂੰ। ਅੱਛਾ, ਕੋਈ ਨਾ ਕੋਈ ਬੰਦੇ ਮਿਲਦੀ ਬੰਦੇ ਦੀ ਪਛਾਣ ਹੋਈ ਹੈ? ਨਹੀਂ ਅਜੇ ਨਹੀਂ, ਅਜੇ ਕਰ ਰਹੇ ਹਾਂ, ਦੇਖ ਰਹੇ ਹਾਂ ਸੀਸੀਟੀਵੀ ਫੁਟੇਜ। ਕੈਮਰਾਮੈਨ ਅਮਿਤ ਅਰੋੜਾ ਦੇ ਨਾਲ ਮਮਤਾ, ਵੌਇਸ ਆਫ ਪੰਜਾਬ, ਕਰਤਾਰਪੁਰ, ਜਲੰਧਰ।